से आज मैं तुसें गी लेई आया पजनोवा ग्रां। पजनोवा जिहड़ा ग्रां है ओह पैंदा नौशहरा तहसील विच डिस्ट्रिक्ट रजौरी। ये जिहड़ा ग्रां है ये बिल्कुल पाकिस्तान दे बॉर्डर दे कोल है। दादू किहड़े साल विच तुस उस पहाड़ी पार करी आए सन तुसां ने पापा? ओह साडे पापा आए सन 1947 विच। 1947 विच आर्मी बड़ी घट होनी सी। अच्छा, इस एरिए अंग्रेज अंग्रेजां दा राज सी पहले। अच्छा, असी एक मुसलमान मकान 1947 तो पहले सी। मैं तुसें गी दसना, आओ। ਤੁਸਾਂ ਪੂਰਾ ਪਰਿਵਾਰ ਆਇਆ ਸੀ? ਕਿੰਨੇ ਬੰਦੇ ਸਨ? ਕਿੰਨੇ ਭਰਾ ਭਰਾ ਕਿੰਨੇ ਸਨ? ਚਾਰ ਭਰਾ। ਚਾਰ ਭਰਾ ਇੱਥੇ ਆਏ ਸਨ। ਉਧਰ ਜਿੰਨੀ ਜ਼ਮੀਨ ਇੱਧਰ ਹੈ ਇਸ ਲਈ ਤੁਸਾਂ ਕੋਲ ਉਤਨੀ ਉਧਰ ਸੀ ਜਾਂ ਉਧਰ ਜ਼ਿਆਦਾ ਸੀ ਜ਼ਮੀਨ? ਜ਼ਮੀਨ ਇਹ ਤੁਸੀਂ ਤੱਕ ਹੀ ਸਕਦੇ ਹੋ। ਇਹ ਇੱਕ ਮੁਸਲਮਾਨ ਦਾ ਇੱਕ ਕਮਰਾ ਹੋਣਾ ਸੀ ਜਿਹੜੇ 1947 ਵਿੱਚ ਲੋਕ ਇੱਥੋਂ ਨੱਠੀ ਕੇ ਉਸ ਪਹਾੜੀ ਪਾਰ ਗਏ ਜਿਹੜਾ ਹੁਣ ਅਸ ਜਿਸੀ ਆਖਦੇ ਹਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ। ਬਟਵਾਰਾ ਹੋਇਆ ਸੀ ਉਹ ਇੱਥੋਂ ਉੱਥੇ ਗਏ ਸਨ। ਕਾਫੀ ਮੁਸਲਿਮ ਲੋਕ ਸਨ ਜਿਹੜੇ ਉੱਥੇ ਗਏ ਸਨ ਤੇ ਉਹਨਾਂ ਨੇ ਗ੍ਰਾਂ ਹੋਣਾ ਸੀ ਜਿਸ ਗ੍ਰਾਂ ਦਾ ਨਾਂ ਪਜਨੋਵਾ। ਤੇ ਤੁਸੀਂ ਦੱਸਣਾ ਚਾਹਣਾ ਖਾਸ ਕਰੀਏ ਪਾਕਿਸਤਾਨ 'ਚ ਜਿਹੜੇ ਲੋਕ ਰਹਿੰਦੇ ਨੇ ਅਸਾਂ ਨੇ ਉਹਨਾਂ ਹੀ ਦੱਸਣਾ ਚਾਹਣਾ ਕਿ ਇਹ ਹੈ ਤੁਸਾਂ ਦਾ ਗ੍ਰਾਂ ਜਿਹੜੇ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੇ ਦਾਦੇ ਪੜਦਾਦੇ ਇੱਥੇ ਹੀ ਰਹਿਣੇ ਸਨ। ਅਤੇ ਮੈਂ ਆਇਆ ਇੱਥੇ ਤਾਂ ਮੈਂ ਸੋਚਿਆ ਚਲੋ ਤੁਸੀਂ ਦੱਸੀ ਛੋੜਾ ਤੁਸਾਂ ਨੇ ਦਾਦੇ ਪੜਦਾਦੇ ਨੇ ਜਿਹੜੀ ਜਗ੍ਹਾ। ਚਲੋ ਇਨ ਫਿਊਚਰ ਅਸ ਵੀ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਬਾਰਡਰ ਹੈ ਖਤਮ ਹੋਵੇ, ਉੱਧਰ ਲੋਕ ਅਸਾਂ ਦੇ ਲੋਕ ਇੱਕੋ ਬਣੇ ਕਿ ਹੈ ਤਾਂ ਇੱਕੋ ਸੀ ਪੂਰਾ ਸ਼ਹਿਰ ਆਪਣਾ ਦੇਸ਼ ਜੰਮੂ ਕਸ਼ਮੀਰ ਪੂਰਾ। ਪੂਰਾ ਨਜ਼ਾਰਾ ਦੱਸੋ ਇੱਥੇ, ਇਹ ਹੈ ਪਜਨੋਵਾ ਗ੍ਰਾਂ। ਚਾਰੋਂ ਤਰਫ ਦੱਸੋ ਇਹ ਲੋਕਾਂ ਨੇ ਕਾਰ ਦੂਰ ਦੂਰ ਲੈਣੇ ਸੀ। ਕਾਫੀ ਲੋਕ ਜਿਹੜੇ ਪਾਕਿਸਤਾਨ ਚਲੀ ਗਏ ਅਤੇ ਮੈਂ ਸੋਚਿਆ ਚਲੋ ਤੁਸੀਂ ਦੱਸੀ ਛੋੜਾ ਤੁਸਾਂ ਨੇ ਦਾਦੇ ਪੜਦਾਦੇ ਨਹੀਂ ਜਗ੍ਹਾ। ਇਹ ਮੇਰਾ ਪਹਿਲਾ ਵਲੋਗ ਹੈ ਜਿਹੜਾ ਮੈਂ ਪਹਾੜੀ ਵਿੱਚ ਮਤਲਬ ਵਲੋਗ ਬਣਾਉਣਾ ਪਿਆ। ਇਸ ਤੋਂ ਪਹਿਲਾਂ ਮੈਂ ਪਹਾੜੀ ਵਿੱਚ ਕੋਈ ਵਲੋਗ ਬਣਾਇਆ ਹੀ ਨਹੀਂ ਹੈ ਕਿ ਮੇਰੀ ਥੋੜ੍ਹੀ ਪਹਾੜੀ ਘੱਟ ਆਉਣੀ ਹੈ ਅਤੇ ਸਪੈਸ਼ਲੀ ਮੈਂ ਵਲੋਗ ਪਹਾੜੀ 'ਚ ਇਸ ਲਈ ਬਣਾਉਣਾ ਪਿਆ ਕਿਉਂਕਿ ਇਹ ਵਲੋਗ ਤਕਰੀਬਨ ਜਿਹੜੇ ਤਕਸਨ ਉਹ ਨੌਸ਼ਹਿਰਾ ਦੇ ਲੋਕ ਤਕਸਨ ਜਾਂ ਜਿਹੜੇ ਅਸਾਂ ਨੇ ਲੋਕ ਇੱਥੋਂ ਉੱਥੇ ਰਹਿਣੇ ਬਾਰਡਰ ਦੇ ਪਾਰ ਉਹ ਤਕਸਨ ਅਤੇ ਉਹਨਾਂ ਦੀ ਲੈਂਗੁਏਜ ਜਿਹੜੀ ਹੈ ਭਾਸ਼ਾ ਹੈ ਉਹ ਪਹਾੜੀ ਹੈ ਅਤੇ ਤਾਂ ਕਰੀਏ ਮੈਂ ਇਹ ਬਣਾਈ ਹੈ। ਬਾਕੀ ਕੋਈ ਗਲਤੀ ਹੋਈ ਤਾਂ ਮਾਫ਼ ਕਰਿਓ। ਬਾਕੀ ਇਹ ਹੈ ਪਜਨੋਵਾ ਗ੍ਰਾਂ, ਤੁਸੀਂ ਪਸੰਦ ਆਇਆ ਹੋ ਸੀ। ਇਹ ਜਿਹੜਾ ਗ੍ਰਾਂ ਹੈ ਜਿਸ ਦਾ ਨਾਂ ਹੈ ਪਜਨੋਵਾ, ਇਸ ਨੇ ਜਿਹੜੇ ਇਲਾਕੇ ਨੇ ਜਿਹੜੇ ਕੋਲ ਕੋਲ ਗ੍ਰਾਂ ਪਏ ਨੇ ਉਹਨਾਂ ਨੇ ਗ੍ਰਾਂ ਦਾ ਨਾਂ ਹੈ ਢਨੱਕਾ, ਮਾਨਪੁਰ, ਝੰਗੜ, ਰਾਜਲ, ਪੀਰ ਬੜੇਸਨ। ਇਹ ਕੁਛ ਜਿਹੜੇ ਗ੍ਰਾਂ ਨੇ ਜਿਹੜੇ ਇਸ ਗ੍ਰਾਂ ਨੇ ਕੋਲ ਕੋਲ ਗ੍ਰਾਂ ਪਏ ਨੇ। ਮੈਂ ਉਹ ਵੀ ਕਵਰ ਕਰ ਸਕਦਾ ਇੱਕ ਦਿਨ ਅਤੇ ਚੱਲੇ ਹੁਣ ਅੱਗੇ। ਹੁਣ ਤੁਸੀਂ ਤੱਕ ਹੀ ਸਕਦੇ, ਥੋੜ੍ਹਾ ਸਰਦੀਆਂ ਦਾ ਮੌਸਮ ਹੈ ਅਤੇ ਇਸ ਲਈ ਲੋਕਾਂ ਕਣਕ ਲਾਈ ਆ ਆਪਣੇ ਆ ਅਤੇ ਸਰੇ ਵੀ ਲਾਈ ਹੈ ਜਿਹੜੇ ਉਸ ਪਾਸੇ ਵੀ ਲੋਕ ਲਾਉਣੇ ਹੋ ਸਨ ਅਤੇ ਇੱਥੇ ਵੀ ਤੱਕ ਸਕਦੇ ਹੋ ਜਿਹੜੇ ਲੋਕਾਂ ਲਾਈ ਹੈ। ਇੱਥੋਂ ਜਿਹੜੇ ਪਾਕਿਸਤਾਨ ਜਿਹੜੇ ਲੋਕ ਗਏ ਹਿੰਦੁਸਤਾਨ ਤੋਂ ਉਸ ਪਾਸੇ ਗਏ ਉਹਨਾਂ ਦਾ ਮਕਾਨ ਇਹ ਇੱਥੇ ਹੋਣਾ ਸੀ। ਇਹ ਇੱਕ ਮੁਸਲਮਾਨ ਦਾ ਮਕਾਨ 1947 ਤੋਂ ਪਹਿਲੇ ਸੀ। ਮੈਂ ਤੁਸੀਂ ਕੀ ਦੱਸਣਾ, ਆਓ। ਇਹ ਤੁਸੀਂ ਤੱਕ ਹੀ ਸਕਦੇ ਹੋ। ਇਹ ਇੱਕ ਮੁਸਲਮਾਨ ਦਾ ਇੱਕ ਕਮਰਾ ਹੋਣਾ ਸੀ ਜਿਹੜੇ 1947 ਵਿੱਚ ਲੋਕ ਇੱਥੋਂ ਨੱਠੀ ਕੇ ਉਸ ਪਹਾੜੀ ਪਾਰ ਗਏ ਜਿਹੜਾ ਹੁਣ ਅਸ ਜਿਸੀ ਆਖਦੇ ਹਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ। ਉੱਧਰ ਦੇ ਲੋਕ ਜਿਹੜੇ ਇੱਥੇ ਆਏ ਨੇ ਆਪਣੀ ਜਗ੍ਹਾ ਉੱਥੇ ਛੋੜੀ ਕੇ ਉਹਨਾਂ ਇੱਥੇ ਆਈਏ ਇਸ ਕਮਰੇ ਵਿੱਚ ਮਤਲਬ ਤੱਕਿਆ ਖਾਲੀ ਇੱਥੇ ਕੋਈ ਨਹੀਂ ਰਹਿਣਾ ਅਤੇ ਉਹਨਾਂ ਇੱਥੇ ਆਪਣਾ ਬਸੇਰਾ ਪਾਇਆ ਮਤਲਬ ਇੱਥੇ ਆਈਏ ਉਹ ਸੈਟਲਮੈਂਟ ਕੀਤੀ ਉਹਨਾਂ ਅਤੇ ਇਹ ਕੱਚਾ ਕਮਰਾ ਇਹ 1947 ਤੋਂ ਪਹਿਲੇ ਦਾ ਕਮਰਾ ਤੁਸੀਂ ਤੱਕ ਹੀ ਸਕਦੇ ਹੋ। ਇਸ ਤਰ੍ਹਾਂ ਛੱਤ ਹੈ ਜਿਹੜਾ ਲੈਂਟਰ ਹੈ ਪੂਰੀ ਲੱਕੜ ਨਾਲ ਬਣਿਆ, ਇੰਨੀ ਪੁਰਾਣੀ ਲੱਕੜ ਹੈ ਇਹ। ਇਹ ਇੱਕ ਮੁਸਲਮਾਨ ਨੇ ਬੰਦੇ ਦਾ ਘਰ ਸੀ, ਮੁਸਲਮਾਨ ਦਾ ਪਰਿਵਾਰ ਇੱਥੇ ਰਹਿਣਾ ਸੀ ਅਤੇ ਇਹ ਖਿੜਕੀ ਵੀ 1947 ਨਹੀਂ ਹੈ। ਅਤੇ ਹੁਣ ਤੁਸੀਂ ਤੱਕੇ ਸਕਦੇ ਉਹਨੇ ਮੰਦਿਰ ਬਣੀ ਹੈ ਕਿਉਂਕਿ ਜਿਹੜੇ ਉਹ ਰਹਿਣੇ ਸਨ ਉਹਨਾਂ ਨੇ ਵੀ ਆਪਣੇ ਭਗਵਾਨ ਦਾ ਮੰਦਿਰ ਸੀ ਅਤੇ ਜਿਹੜੇ ਉੱਥੇ ਲੋਕ ਆਏ ਉਹਨਾਂ ਵੀ ਆਪਣਾ ਮੰਦਿਰ ਬਣਾਇਆ ਅਤੇ ਮੰਦਿਰ ਦੀ ਜਗ੍ਹਾ ਮੰਦਿਰ ਲਈ ਛੋੜੀ। ਅਤੇ ਇਹ ਜਿਹੜਾ ਕੱਚਾ ਕਮਰਾ ਇੰਨਾ ਇਸੀ ਤਰੋੜਿਆ ਨਹੀਂ,
यादगार बनाई रखे है। पता नहीं उन्होंने जो परिवार है जो जो इतने रहना सी उन्होंने उत्थे चली गया पाकिस्तान ऑक्यूपाइड कश्मीर, वो मरी गए उसन, उन्होंने अगे बच्चे उसन, तो हूँ क्या पता कुसना मकान है, लेकिन तुम तक ही सकने वो यादगार होनी है। तो यह कमरा उस तो बाद इन्ना जल्द जो उत्थू लोग आए नठी इतने तो उन्होंने इसी त्रोड़िया नहीं, उस तो बाद इन्हें अपने और दो कमरे किचन शिचन बाथरूम शाथरूम बनाया अपना, लेकिन इसी नहीं त्रोड़िया, इसी रखे है इन्हें, नहीं तो वो त्रोड़ी भी सकने सर। तो बाकी इन्होंने अगे इन्होंने अपना मकान है, तो ये तुम तक ही सकने हो, यह इकलौता कमरा छोड़े आ। तो हूँ मैं तुसें थोड़ा इस कमरे तो बाहर ले जुलना, बाहर ना व्यू दसना, बाहर ना व्यू है जड़ा कि अगर कोई उस पास ना पाकिस्तान ऑक्यूपाइड कश्मीर में अगर लोग तकने पे हो ही सकना कि कोई ऐसा बंदा हो जिस जड़ा पहचानी सके कि ये जड़ा एरिया ये उसना सी, ते वो शायद अपना मकान पहचानी लवे। वैसे वो तो मरी गए उसने, लेकिन उन्हें दस्या तो उसी ने कि मेरा घर इतने से, चलो आओ तुम बाहर नज़ारे दसने। तो ये जड़े बंदे इन्हों इन्हों ने जन्म इतने ही हुआ, जन्म इतने ही हुआ, इन्होंने जड़े पापा परिवार चलाया इथे रहन सहन किया है। क्या दादू ऐसे ना तू अपने ते पका दे बाकी ठहरते पकाया है। दादू केड़े साल विच तुस उस पहाड़ी पार करी आए सन तुसा ने पापा? ओ साडे पापा आए सन 1947 विच। 1947 विच ठीक, अपनी मर्जी मर्जी नठे आए सो या मर्जी नहीं थी? हां लड़ाई लगी सी। लड़ाई लगी सी कोई मार-वार चलनी भी सी या यही मार-वार चली सी? नहीं बचाई हुई गया थी। बचाई हुई गया सी, थोड़ा जा नुकसान होया सी। हां कोई सिविल लोगों ने भी कोई आर्मी ने भी। अच्छा आर्मी बड़ी घट होनी थी। अच्छा इस एरिए अंग्रेज अंग्रेजों ने राज थी पहले। अच्छा उत्थों तो किन्ने किन्ने लोग आए सन उधरों? तुसा दा पूरा परिवार आया सी? कितने बंदे सन? किन्ने भरा भरा किन्ने सन? चार भरा। चार भरा इत्थे आए सन। उधर जिन्नी जमीन इधर है इसलिए तुसा कोल उतनी उधर सी या उधर ज्यादा सी जमीन? जमीन नहीं उधर घट ना हुई है। अच्छा उधर घट सी, मतलब इत्थे आई फायदा होया तुसा गी? रात नशहरा गड्डी ने जम्मू डेरा पाया। जेड़ा कमरा है मुसलमान सा, मुसलमान ना सी ये कमरा दे इसने अग्गे एक और थी। अच्छा ओ तोड़े उसा दो कमरियां तो लंबा। अच्छा ओ चरोड़ी छोड़िया सी ते पिछला नहीं तोड़िया? ओ क्या सोना सी या को पत्थर पत्थर शायद से? नहीं और लकड़ सी रही है। पता लगे कुछ ना कमरा कमरा सी कार सी मुसलमान से नहीं मतलब ना शाह नहीं पता ओ नहीं पता ओ नहीं ठीक है। सो आज हमारा जो लंच है वो हो रहा है इंडिया पाकिस्तान के ALC के बॉर्डर पर POK एंड सो ये है टोडा लस्सी चटनी चटनी करो शुरू जो कमरा मैंने आपको अंदर से दिखाया था ये वो वाला कमरा है जो बाहर से ऐसा दिखता है। ये वही 1947 की पौड़ियां हैं। खड़ा हो गया रे तो अगले व्लॉग विच और ग्रां तुसें दसा। ते अगर तुसें ये व्लॉग मेरी मेहनत पसंद आई है तो इस चैनल की सब्सक्राइब करो, लाइक कमेंट शेयर करो। मिलने नेक्स्ट व्लॉग में, टिल देन टेक केयर एवरीवन। विल मीट यू सून।